ਸੁਖਬੀਰ ਦੀ ਕਹਾਣੀ ਫਿਲਮੀ ਕਹਾਣੀ ਦਾ ਨਾਂ ਦਾ ਬਾਕੀ ਦਾ ਹਿੱਸਾ ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕੁਲਪੂਸ਼ਨ ਨੇ ਬੜੇ ਠਰਮੇ ਨਾਲ ਕਿਹਾ ਨਾਮ ਵਿੱਚ ਨਜ਼ਰ ਲਫ਼ਜ਼ ਜ਼ਰੂਰ ਹੋਣਾ ਚਾਹੀਦਾ ਹੈ ਇਸ ਗੀਤ ਨੂੰ ਜਿਸ ਤਰ੍ਹਾਂ ਫਿਲਮਾਇਆ ਗਿਆ ਉਸ ਨਜ਼ਰ ਤੇ ਖਾਸ ਜ਼ੋਰ ਦਿੱਤਾ ਗਿਆ ਨਜ਼ਰ ਹੀ ਦਿਲ ਦੀ ਧੜਕਣ ਪੈਦਾ ਕਰਦੀ ਹੈ ਤੇ ਨਜ਼ਰ ਹੀ ਖਾਸ ਅਦਾ ਪੈਦਾ ਕਰਦੀ ਹੈ ਤਾਂ ਨਜ਼ਰ ਕੀ ਧੜਕਣ ਰੱਖ ਦਿੱਤਾ ਜਾਏ ਕਿ ਬਿਲਕੁਲ ਪੂਰ ਨਹੀਂ ਗਿਆ ਆਇੰਗਰ ਟਾਈਪ ਕਰਦਾ ਕਰਦਾ ਰੁਕ ਗਿਆ ਤੇ ਉਹਨੇ ਕਿਹਾ ਤਿੰਨ ਲਫ਼ਜ਼ਾਂ ਦਾ ਨਾਂ ਨਹੀਂ ਚੱਲੇਗਾ ਤਾਂ ਇਹ ਇੱਕ ਨਜ਼ਰ ਕੀ ਧੜਕਣ ਰੱਖ ਲਿਆ ਜਾਏ ਨਜ਼ਰ ਕੀ ਧੜਕਣ ਬੇਤੁਕੀ ਜੀ ਗੱਲ ਲੱਗਦੀ ਹੈ ਕੁਲਪੂਸ਼ਨ ਨੇ ਕਿਹਾ ਬੇਤੁਕੀ ਦਾ ਮਤਲਬ ਆਇੰਗਰ ਨੇ ਪੁੱਛਿਆ ਸੈਂਸਲੈਸ ਕੁਲਪੂਸ਼ਨ ਨੇ ਦੱਸਿਆ ਤੇ ਨਜ਼ਰ ਦੀ ਧੜਕਣ ਦਾ ਅੰਗਰੇਜ਼ੀ ਚ ਅਨੁਵਾਦ ਕੀਤਾ ਤਾਂ ਤੇ ਨਹੀਂ ਚੱਲੇਗਾ ਆਇੰਗਰ ਨੇ ਕਿਹਾ ਤੇ ਫਿਰ ਧੜਕਣ ਹੀ ਰਹਿਣ ਦਿੱਤਾ ਜਾਏ ਕੇਵਲ ਕਪੂਰ ਨੇ ਕਿਹਾ ਠੀਕ ਹੈ ਆਇੰਗਰ ਨੇ ਕਿਹਾ ਕਲਪੂਰਸ਼ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਫਿਲਹਾਲ ਇੱਕ ਨਜ਼ਰੇ ਕਦਾਂਾ ਹੀ ਠੀਕ ਹੈ ਪਰ ਉਹਦੀ ਗੱਲ ਮੰਨੀ ਨਹੀਂ ਗਈ ਅਖੀਰ ਉਹਨੂੰ ਧੜਕਨ ਨਾਮ ਮਨਜ਼ੂਰ ਕਰਨਾ ਪਿਆ ਤਦ ਆਇੰਗਰ ਨੇ ਐਫਐਫਸੀ ਤੇ ਅਖਬਾਰਾਂ ਰਸਾਲਿਆਂ ਨੂੰ ਖੱਤ ਲਿਖੇ ਕਿ ਕੁਝ ਖਾਸ ਕਾਰਨ ਕਰਕੇ ਉਹਨਾਂ ਦੀ ਫਿਲਮ ਦਾ ਨਾਮ ਬਦਲਿਆ ਜਾ ਰਿਹਾ ਹੈ ਹੁਣ ਉਹਦਾ ਨਾਮ ਧੜਕਨ ਰੱਖਣ ਦਾ ਆਖਰੀ ਤੌਰ ਤੇ ਫੈਸਲਾ ਹੋਇਆ ਅਗਲੇ 2 ਮਹੀਨਿਆਂ ਚ 2-2 3-3 ਦਿਨ ਦੀ ਫਿਰ ਸ਼ੂਟਿੰਗ ਹੋਈ ਅੰਤਲੇ ਦਿਨਾਂ ਦੀ ਸ਼ੂਟਿੰਗ 'ਚ ਹੀਰੋ ਹਿੱਸਾ ਲੈ ਰਿਹਾ ਸੀ ਇੱਕ ਥਾਂ ਜਦੋਂ ਨੇ ਹੀਰੋ ਨੂੰ ਉਹਦੇ ਨਾਮ ਮਧੂਮਤੀ ਨਾਲ ਸੰਬੋਧਿਤ ਕਰਨਾ ਸੀ ਤਾਂ ਉਹਨੇ ਉਹਨੂੰ ਇਸ ਨਾਮ ਤੇ ਇਤਰਾਜ਼ ਹੋਇਆ ਇਹ ਨਾਮ ਉਹਨੂੰ ਬਿਲਕੁਲ ਪਸੰਦ ਨਹੀਂ ਸੀ ਮਸਲਾ ਉੱਠ ਖੜਾ ਹੋਇਆ ਕਿ ਹੁਣ ਕੀ ਹੋਵੇ ਤਦ ਹੀਰੋ ਨੇ ਉਸ ਮਸਲੇ ਨੂੰ ਹੱਲ ਕੀਤਾ ਉਹਨੇ ਕਿਹਾ ਮਧੂਮਤੀ ਦੀ ਥਾਂ ਚੇਤਨਾ ਨਾ ਰੱਖ ਲਿਆ ਜਾਏ ਚੇਤਨਾ ਉਹਦੀ ਨਵੀਂ ਪ੍ਰੇਮਿਕਾ ਦਾ ਨਾਮ ਸੀ ਨਾਮ ਬਦਲ ਦਿੱਤਾ ਗਿਆ ਤਦ ਸ਼ੂਟਿੰਗ ਦੇ ਅੰਤਲੇ ਦਿਨ ਹੀਰੋ ਨੇ ਕਿਹਾ ਫਿਲਮ ਦਾ ਨਾਂ ਇੱਕ ਨਜ਼ਰ ਇੱਕ ਅਦਾ ਦੀ ਥਾਂ ਚੇਤਨਾ ਹੀ ਕਿਉਂ ਨਾ ਰੱਖ ਦਿੱਤਾ ਜਾਏ ਇੱਕ ਨਜ਼ਰ ਇੱਕ ਅਦਾ ਨਾਂ ਤਾਂ ਪਹਿਲਾਂ ਰੱਖਿਆ ਸੀ ਆਇੰਗਰ ਨੇ ਕਿਹਾ ਮਗਰੋਂ ਬਦਲ ਕੇ ਧੜਕਣ ਕਰ ਦਿੱਤਾ ਗਿਆ ਧੜਕਣ ਧੜਕਣ ਵੀ ਕੋਈ ਨਾਂ ਹੈ ਹੀਰੋ ਨੇ ਮਜ਼ਾਕ ਤੇ ਲਹਿਜੇ ਚ ਕਿਹਾ ਫਿਰ ਇਸ ਕਹਾਣੀ ਨਾਲ ਕੀ ਤਾਲਕ ਬਿਲਕੁਲ ਠੀਕ ਕਿਹਾ ਤੁਸੀਂ ਕੁਲਪੂਸ਼ਨ ਨੇ ਕਿਹਾ ਇਸ 'ਚ ਸ਼ੱਕ ਨਹੀਂ ਕਿ ਚੇਤਨਾ ਬਹੁਤ ਸੋਹਣਾ ਨਾਂ ਹੈ ਪਰ ਤਾਂ ਫਿਰ ਚੇਤਨਾ ਹੀ ਰਹਿਣ ਦਿਓ ਹੀਰੋ ਨੇ ਉਹਦੀ ਗੱਲ ਕੱਟ ਕੇ ਕਿਹਾ ਬਹੁਤ ਖੂਬ ਕੇਵਲ ਕਪੂਰ ਨੇ ਦਾਦ ਦੇਣ ਦੇ ਲੈਜ ਵਿੱਚ ਕਿਹਾ ਬਹੁਤ ਸੋਹਣਾ ਨਾਂ ਹੈ ਚੇਤਨਾ ਇਕਦਮ ਨਵਾਂ ਵੀ ਹੈ ਅੱਜ ਤੱਕ ਸ਼ਾਇਦ ਹੀ ਕਿਸੇ ਨੇ ਫਿਲਮ ਦਾ ਇੰਨਾ ਨਵਾਂ ਤੇ ਸੋਹਣਾ ਤੇ ਤਾਜ਼ਗੀ ਭਰਿਆ ਨਾਂ ਰੱਖਿਆ ਹੋਵੇ ਤੇ ਉਹਨੇ ਮਨ ਵਿੱਚ ਕਿਹਾ ਚੇਤਨਾ ਹੈ ਤੂੰ ਚੇਤਲੇ ਪਿਆਰੇ ਚੇਤਨਾ ਨਾਂ ਸੰਬੰਧੀ ਪੱਕਾ ਫੈਸਲਾ ਹੋ ਜਾਣ ਤੇ ਆਇੰਗਰ ਨੇ ਐਫਐਫਸੀ ਨੂੰ ਬਾਕੀ ਸਾਰੀਆਂ ਥਾਵਾਂ ਤੇ ਖੱਤ ਲਿਖਵਾਏ ਹੁਣ ਉਹਨਾਂ ਨੇ ਇੱਕ ਪਾਰਟ ਟਾਈਮ ਟਾਈਪਿਸਟ ਰੱਖ ਲਿਆ ਸੀ ਕਿ ਕੁਝ ਖਾਸ ਕਾਰਨਾਂ ਕਰਕੇ ਉਹਨਾਂ ਦੀ ਫਿਲਮ ਦਾ ਨਾਮ ਬਦਲਿਆ ਜਾ ਰਿਹਾ ਤੇ ਹੁਣ ਇਹਦਾ ਨਾਮ ਚੇਤਨਾ ਰੱਖਣ ਦਾ ਆਖਰੀ ਤੌਰ ਤੇ ਫੈਸਲਾ ਹੋਇਆ ਹੈ। ਕੁਝ ਸ਼ੂਟਿੰਗ ਹੋਰ ਹੋਈ। ਉਹਨੇ ਦਿਨ ਹੀ ਆਂਗਰ ਨੇ ਯੂਪੀ ਟੈਰੀਟਰੀ ਦੇ ਇੱਕ ਡਿਸਟ੍ਰਿਬਿਊਟਰ ਨਾਲ ਫਿਲਮ ਸੰਬੰਧੀ ਗੱਲ ਕੀਤੀ। ਇਸ ਵਿੱਚਕਾਰ ਫਿਲਮ 'ਚ ਇੱਕ ਨਾਚ ਪਾਇਆ ਗਿਆ ਸੀ ਤੇ ਇੱਕ ਹੋਰ ਗੀਤ। ਡਿਸਟ੍ਰਿਬਿਊਟਰ ਨੂੰ ਰਸ਼ੇਜ਼ ਪਸੰਦ ਆਏ ਪਰ ਫਿਲਮ ਦੇ ਚੇਤਨਾ ਨਾਂ ਤੇ ਇਤਰਾਜ਼ ਕੀਤਾ ਕਿ ਇਹ ਨਾਮ ਯੂਪੀ 'ਚ ਨਹੀਂ ਚੱਲੇਗਾ। ਉੱਥੋਂ ਲਈ ਕੁਝ ਉਰਦੂ ਨੁਮਾ ਸਾਦਾ ਜਿਹਾ ਆਮ ਫੈਮ ਨਾਮ ਚਾਹੀਦਾ ਹੈ ਸੋ ਯੂਪੀ ਦੀ ਟੈਰਿਟਰੀ ਵੇਚਣ ਲਈ ਜ਼ਰੂਰੀ ਸੀ ਫਿਲਮ ਦਾ ਨਾਮ ਬਦਲਿਆ ਜਾਏ ਕਲਪੂਸ਼ਨ ਵੀ ਚਾਹੁੰਦਾ ਸੀ ਕਿ ਨਾਮ ਬਦਲਿਆ ਜਾਏ ਉਹਨੇ ਏਕ ਨਜ਼ਰੇ ਦਾ ਦਾਦਾ ਜ਼ਿਕਰ ਕੀਤਾ ਡਿਸਟ੍ਰੀਬਿਊਟਰ ਨੂੰ ਚੇਤਨਾ ਦੇ ਮੁਕਾਬਲੇ ਵਿੱਚ ਪਸੰਦ ਆਇਆ ਪਰ ਐਂਗਰ ਤੇ ਕੇਵਲ ਕਪੂਰ ਉਸ ਨਾਮ ਦੇ ਹੱਕ 'ਚ ਬਿਲਕੁਲ ਨਹੀਂ ਸਨ ਖੈਰ ਨਾਮ ਬਦਲਣ ਦਾ ਫੈਸਲਾ ਜ਼ਰੂਰ ਹੋਇਆ ਹੁਣ ਸਵਾਲ ਸੀ ਕਿ ਹੀਰੋ ਨੂੰ ਕੌਣ ਮਨਾਏਗਾ ਇਹਦੀ ਜ਼ਿੰਮੇਵਾਰੀ ਕੁਲਪੂਸ਼ਨ ਨੇ ਆਪਣੇ ਸਿਰ ਲਈ। ਉਹਨੇ ਕਿਹਾ ਕਿ ਉਹ ਕਿਸੇ ਨਾ ਕਿਸ ਤਰ੍ਹਾਂ ਹੀਰੋ ਨੂੰ ਮਨਾ ਲਏਗਾ। ਹੀਰੋਇਨ ਦਾ ਨਾਮ ਚੇਤਨਾ ਰਹਿਣ ਦਿੱਤਾ ਜਾਏਗਾ ਤੇ ਫਿਲਮ ਦਾ ਨਾਮ ਬਦਲਣ 'ਚ ਉਹਨੂੰ ਇਤਰਾਜ਼ ਨਹੀਂ ਹੋਏਗਾ। ਨਾਮ ਬਦਲਣ ਬਾਰੇ ਫੇਰ ਬੈਠੇ ਕੋਈ। ਕੇਵਲ ਕਪੂਰ ਨੇ ਉਹ ਨਹੀਂ ਦੇਣੀ ਫਿਲਮ ਦੇ ਇੱਕ ਰੋਮਾਂਟਿਕ ਦ੍ਰਿਸ਼ ਤੇ ਬੜੇ ਚਟਾਕੇਦਾਰ ਸੰਵਾਦ ਲਿਖੇ ਸਨ। ਉਹਨਾਂ 'ਚ ਇੱਕ ਥਾਂ ਹੀਰੋ ਹੀਰਨ ਨੂੰ ਮੇਰੇ ਪਿਆਰ ਦਾ ਦਿਲਕਸ਼ ਚੰਦ ਕਹਿ ਕੇ ਬੁਲਾਉਂਦਾ ਹੈ। ਚੰਨ ਚੱਕ ਉਹਨੂੰ ਇਸ ਸੰਵਾਦ ਦਾ ਖਿਆਲ ਆਇਆ ਉਹਨੇ ਕਿਹਾ ਮੇਰੇ ਪਿਆਰ ਕਾ ਦਿਲਕਸ਼ ਚਾਂਦ ਨਾਂ ਕਿਉਂ ਜਾ ਰਹੇਗਾ ਐਂਗਰ ਨੇ ਉਹਨੂੰ ਟਾਈਪ ਕੀਤਾ ਅਖਰ ਗਿਣੇ ਫਿਰ ਕਿਹਾ ਕੀ ਲੰਮਾ ਨਹੀਂ ਲੱਗਦਾ ਤਾਂ ਮੇਰੇ ਕੱਟ ਦਿਓ ਕੇਵਲ ਕਪੂਰ ਨੇ ਕਿਹਾ ਸਿਰਫ ਪਿਆਰ ਕਾ ਦਿਲਕਸ਼ ਚਾਂਦ ਰਹਿਣ ਰਹਿਣ ਦਿਓ ਇਹ ਵੀ ਕੁਛ ਲੰਮਾ ਹੀ ਐ ਤੇ ਪਿਆਰ ਕਾ ਚਾਂਦ ਰਹਿਣ ਕਰ ਦਿਓ ਤਿੰਨ ਲਫ਼ਜ਼ਾਂ ਦਾ ਨਾਂ ਕੁਲਪੂਸ਼ਨ ਨੇ ਮੁਸਕਰਾ ਕੇ ਕਿਹਾ ਤਾਂ ਸਿਰਫ ਚਾਂਦ ਰਹਿਣ ਦਿਓ ਚਾਂਦ ਤਾਂ ਬਹੁਤ ਹੀ ਛੋਟਾ ਨਾਂ ਹੈ ਐਂਗਰ ਨੇ ਕਿਹਾ ਸੂਰਜ ਨਾਂ ਵੀ ਤਾਂ ਛੋਟਾ ਹੈ ਪਰ ਵੇਖੋ ਫਿਲਮ ਕਿਸ ਧਮਾਕੇ ਨਾਲ ਚੱਲ ਰਹੀ ਹੈ ਕੇਵਲ ਕਪੂਰ ਨੇ ਕਿਹਾ ਉਂਝ ਜੇ ਨੂੰ ਰਤਾ ਵੱਡਾ ਬਣਾਉਣਾ ਚਾਹੋ ਤਾਂ ਚੰਦ ਸੂਰਜ ਕਰ ਲਓ ਜਾਂ ਸੂਰਜ ਚੰਦ ਔਰ ਸਿਤਾਰੇ ਜਾਂ ਫਿਰ ਇੱਕ ਸੂਰਜ لاکھ ਸਿਤਾਰੇ ਜਾਂ 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 ਕੇਵਲ ਕਪੂਰ ਨੂੰ ਜਾਂ ਤਾਂ ਨਾਂ ਸੁਝਦਾ ਹੀ ਨਹੀਂ ਤੇ ਜੇ ਸੁਝਦਾ ਫਿਰ ਇੱਕ ਇੱਕ ਕਰਕੇ ਅਣਗਿਣਤ ਨਾਲ ਸੁਝਣ ਲੱਗਦੇ ਆ ਇਸੇ ਤਰ੍ਹਾਂ ਉਹਨੇ ਆਪਣੀ ਡਾਇਰੀ ਚ ਦਰਜਨਾ ਨਾਂ ਲਿਖੇ ਸਨ ਉਹ ਨਾਂ ਪਹਿਲਾਂ ਸੋਚਦਾ ਸੀ ਕਹਾਣੀ ਨਾਟਕ ਜਾਂ ਨਾਵਲ ਮਗਰਮ ਉੰਜੋ ਨੇ ਹਾਲੀ ਤੱਕ ਨਾ ਕੋਈ ਨਾਟਕ ਲਿਖਿਆ ਸੀ ਨਾ ਕੋਈ ਨਾਵਲ ਸਿਰਫ ਕੁਝ ਕਹਾਣੀਆਂ ਹੀ ਲਿਖੀਆਂ ਸਨ ਤੇ ਉਹ ਹਾਲੀ ਕੁਝ ਹੋਰ ਨਾ ਗਿਣਾਣੇ ਚਾਹੁੰਦਾ ਸੀ ਕਿ ਖੁਲ ਭੂਸ਼ਨ ਨੇ ਉਹਦੀ ਗੱਲ ਟੋਕੇ ਕਿ ਆ ਤਾਂ ਉਹ ਡਾਇਲੌਗ ਵਾਲਾ ਦਿਲਕਸ਼ ਚੰਦ ਕਿੱਥੇ ਜਾਏਗਾ ਮਤਲਬ ਮਤਲਬ ਇਹ ਕਿ ਜੇ ਇੱਕ ਸੂਰਜ ਲਾਗ ਸਿਤਾਰੇ ਨਾ ਰੱਖਣਾ ਤਾਂ ਡਾਇਲੌਗ ਵਾਲਾ ਚੰਦ ਕਿੱਥੇ ਜਾਏਗਾ ਪਹਾੜ ਵਿੱਚ ਕੇਵਲ ਕਪੂਰ ਨੇ ਤਲਖ ਹੋ ਕੇ ਕਿਹਾ ਆਂਗਰ ਸਾਰੇ ਨਾਮ ਟਾਈਪ ਕਰ ਚੁੱਕਿਆ ਸੀ ਤੇ ਹੁਣ ਉਹਨਾਂ ਨੂੰ ਇੱਕ ਇੱਕ ਕਰਕੇ ਵੇਖ ਰਿਹਾ ਸੀ ਜੇ ਚੰਦ ਦਾ ਜ਼ਿਕਰ ਨਾਮ ਵਿੱਚ ਕਰਨਾ ਹੀ ਹੈ ਕੇਵਲ ਕਪੂਰ ਨੇ ਕਿਹਾ ਤਾਂ ਇਹ ਨਾਮ ਵੀ ਰੱਖਿਆ ਜਾ ਸਕਦਾ ਹੈ ਗੋਰੀ ਚਾਂਦ ਦੀ ਚਾਂਦਨੀ ਜਾਂ ਗੋਰਾ ਚਾਂਦ ਸੰਵਲੀ ਚਾਂਦਨੀ ਜਾਂ ਇਹਦੇ ਉਲਟ ਸੰਵਲਾ ਚਾਂਦ ਗੋਰੀ ਚਾਂਦਨੀ ਜਾਂ ਫਿਰ ਉਹਨੇ ਆਪਣੀ ਡਾਇਰੀ ਕੱਢ ਕੇ ਖੋਲੀ ਉਸ ਤੇ ਨਾਵਾਂ ਦੀ ਸੂਚੀ ਤੇ ਨਜ਼ਰ ਧੁੜਾ ਕੇ ਕਿਹਾ ਜਾਂ ਫਿਰ ਚਾਂਦ ਕੀ ਬਾਰਾਤ ਕਹਾਣੀ ਚ ਵਿਆਹ ਤਾਂ ਹੁੰਦਾ ਹੀ ਨਹੀਂ ਕੋਈ ਤੁਸ਼ਣ ਨਹੀਂ ਕਿਹਾ ਬਾਰਾਤ ਕਿੱਥੋਂ ਆਏਗੀ ਵਿਆਦਾ ਸੀਨ ਪਾਇਆ ਜਾ ਸਕਦਾ ਹੈ ਸੱਚ ਪੁੱਛੋ ਤਾਂ ਆਇੰਗਰ ਨੇ ਕਿਹਾ ਇਹ ਚੰਨ ਵਾਲੇ ਨਾਮ ਮੈਨੂੰ ਪਸੰਦ ਨਹੀਂ ਲੋੜੋਂ ਵੱਧ ਰੋਮਾਂਟਿਕ ਲੱਗਦੇ ਨੇ ਜਦ ਕਿ ਸਾਡੀ ਕਹਾਣੀ ਰੀਅਲਿਸਟਿਕ ਕਿਸਮ ਦੀ ਹੈ ਹਾਂ ਕੋਈ ਹੋਰ ਨਾ ਕੁਲਪੂਸ਼ਨ ਨੇ ਕਿਹਾ ਉੰਜ ਡਿਸਟ੍ਰਿਬਿਊਟਰ ਨੂੰ ਇੱਕ ਨਜ਼ਰ ਇੱਕ ਦਾ ਨਾਮ ਪਸੰਦ ਸੀ ਇਹ ਨਾਮ ਤਾਂ ਹੁਣ ਬਿਲਕੁਲ ਨਹੀਂ ਚੱਲੇਗਾ ਆਇੰਗਰ ਨੇ ਕਿਹਾ ਬਿਲਕੁਲ ਨਹੀਂ ਹਾਂ ਬਿਲਕੁਲ ਨਹੀਂ ਕੇਵਲ ਕਪੂਰ ਨੇ ਵੀ ਕਿਹਾ ਤਾਂ ਕੋਈ ਹੋਰ ਸਹੀ ਕੁਲਪੂਸ਼ਨ ਨੇ ਬਿਨਾਂ ਕਿਸੇ ਤਲਖੀ ਦੇ ਕਿਹਾ ਕੋਈ ਹੋਰ ਸਹੀ ਗਮਪੀਆ ਜਿਗਰਸੀਆ ਕਿਹੋ ਜਾਂ ਰਹੇਗਾ ਕੇਵਲ ਕਪੂਰ ਨੇ ਸਾਹਮਣੇ ਕੰਧ ਵੱਲ ਵੇਖਦੇ ਆ ਕਿਆ ਜਿਵੇਂ ਉਹ ਨਾਂ ਉੱਥੇ ਲਿਖਿਆ ਹੋਇਆ ਹੋਵੇ ਇਹ ਤਾਂ ਦਿਲ ਦੀਆ ਦਰਦਲੀਆ ਦੀ ਨਕਲ ਹੈ ਕੁਲਪੂਸ਼ਰ ਨੇ ਕਿਹਾ ਤਾਂ ਕੀ ਹੋਇਆ ਦਿਲ ਦੀਆ ਦਰਦਲੀਆ ਫੇਲ ਹੋ ਗਈ ਏ ਗਮਪੀਆ ਜਿਗਰਸੀਆ ਵੀ ਫੇਲ ਹੋ ਜਾਏਗੀ ਇਹ ਨਾਂ ਬਿਲਕੁਲ ਨਹੀਂ ਚੱਲੇਗਾ ਆਇੰਗਰ ਨੇ ਕਿਹਾ ਬਿਲਕੁਲ ਨਹੀਂ ਤਾਂ ਇਹ ਨਹੀਂ ਦੇਨੀ ਕਾਜਲ ਨੇ ਸਿਲਵਰ ਜੁਬਲੀ ਮਨਾਈ ਏ ਉਹ ਜੇ ਕੋਈ ਨਾਂ ਰੱਖਿਆ ਜਾਏ ਕੇਵਲ ਕਪੂਰ ਨੇ ਸੁਝਾ ਦਿੱਤਾ ਹਾਂ ਆਇਂਗਰ ਨੇ ਕਿਹਾ ਇਹ ਠੀਕ ਰਹੇਗਾ ਛਾਗਲ ਕਿਉਂ ਜਾ ਰਹੇਗਾ ਇਹਦੀ ਤਾਂ ਪਾਗਲ ਰੱਖ ਲੈ ਜਾਏ ਤਾਂ ਚੰਗਾ ਰਹੇਗਾ ਕੁਲਪੂਛਨ ਨੇ ਬੜੀ ਗੰਭੀਰਤਾ ਨਾਲ ਕਿਹਾ ਕਿਉਂ ਮਜ਼ਾਕ ਛੱਡੋ ਛਾਗਲ ਪਸੰਦ ਨਹੀਂ ਹੈ ਤਾਂ ਪਾਇਲ ਰੱਖਿਆ ਜਾ ਸਕਦਾ ਹੈ ਜਾਂ ਫਿਰ ਪਾਇਲ ਦੀ ਝੰਕਾਰ ਇਹਦਾ ਕਹਾਣੀ ਨਾਲ ਕੀ ਸੰਬੰਧ ਉਹ ਮੈਂ ਬਣਾ ਦੇਵਾਂਗਾ ਕੇਵਲ ਕਪੂਰ ਨੇ ਕਿਹਾ ਅ제 ਪਰਸੋ ਮੈਨੂੰ ਇੱਕ ਡਾਇਲੌਗ ਸੁਝਿਆ ਸੀ। ਉਹਨੂੰ ਕਿਸੇ ਸੀਨ 'ਚ ਪਾਇਆ ਜਾ ਸਕਦਾ ਹੈ। ਉਹਨੇ ਡਾਇਰੀ ਖੋਲੀ, ਉਹਦੇ ਇੱਕ ਸਫੇ ਤੇ ਪੜਨ ਲੱਗਾ। ਦਿਲ ਕੀ ਡੁੱਬਤੀ ਹੋਈ ਸਦਾਵਾਂ ਮੇ ਪਾਇਲ ਕੀ ਮਧਮ ਸੀ ਸੁਰੀਲੀ ਝੰਕਾਰ ਪਹਾੜੋਂ ਕੀ ਖਾਮੋਸ਼ ਸੰਸਾਨ ਵਾਦੀਓਂ ਮੇ ਸੁਣਾਈ ਦਿੱਤੀ ਹੈ। ਤੋ ਮੁਝੇ ਤੁਮਾਰਾ ਖੂਬਸੂਰਤ ਖਿਆਲ ਆਤਾ ਹੈ। ਐ ਮੇਰੀ ਪਿਆਰ ਕੇ ਤਾਜ ਮਹਿਲ। ਮੈਂ ਸੌਵੀਂ ਵਾਰ ਦੁਹਰਾਣਾ ਚਾਹਾਂਗਾ। ਕੁਲਪੁਸ਼ ਨੇ ਕਿਹਾ ਕਿ ਨਾਂ ਵਿੱਚ ਨਾਜ਼ਰ ਲਫ਼ਜ਼ ਜ਼ਰੂਰ ਹੋਣਾ ਚਾਹੀਦਾ ਹੈ ਜਾਂ ਫਿਰ ਇੱਕ ਅਦਾ ਉਸ ਬੈਠਕ 'ਚ ਜਿੰਨੇ ਜ਼ਿਆਦਾ ਨਾਂ ਸੁਝਾਏ ਗਏ ਉੰਨੇ ਹੀ ਨਾਂ ਦੀ ਚੋਣ ਔਖੀ ਹੋ ਗਈ। ਕੁੱਲ ਭੂਸ਼ਣ ਤੇ ਕੇਵਲ ਕਪੂਰ ਤੰਗ ਆ ਗਏ ਸਨ ਤੇ ਚਾਹੁੰਦੇ ਸਨ ਕਿ ਇਹਦਾ ਫੈਸਲਾ ਅਗਲੀ ਬੈਠਕ 'ਚ ਕੀਤਾ ਜਾਏ। ਪਰ ਆਇੰਗਰ ਉਸੇ ਬੈਠਕ 'ਚ ਫੈਸਲਾ ਕਰਨਾ ਚਾਹੁੰਦਾ ਸੀ ਕਿਉਂਕਿ ਉਹਨੇ ਯੂਪੀ ਦੀ ਟੈਰੇਟਰੀ ਵੇਚਣੀ ਸੀ। ਕੁਝ ਤਾਈ ਤਿੰਨੋ ਚੁੱਪ ਰਹੇ। ਉਸ ਵੇਲੇ ਕੇਵਲ ਕਪੂਰ ਆਪਣੀ ਡਾਇਰੀ ਚ ਨਾਵਾਂ ਦੀ ਸੂਚੀ ਵੇਖ ਰਿਹਾ ਸੀ ਆਇੰਗਰ ਟਾਈਪਰਾਈਟਰ 'ਚ ਲੱਗੇ ਕਾਗਜ਼ ਤੇ ਟਾਈਪ ਕੀਤੇ ਨਾਵਾਂ ਨੂੰ ਵੇਖ ਰਿਹਾ ਸੀ ਕੁੱਲ ਭੂਸ਼ਣ ਕਦੇ ਕੇਵਲ ਕਪੂਰ ਵੱਲ ਵੇਖ ਲੈਂਦਾ ਕਦੇ ਆਇੰਗਰ ਵੱਲ ਕਿਹੀ ਅਨੋਖੀ ਗੱਲ ਐ ਆਇੰਗਰ ਨੇ ਕੁਚਰ ਪੇਚੋਂ ਮੂੰਹ ਚੁੱਕ ਕੇ ਕਿਹਾ ਕਿ ਕੋਈ ਚੰਗਾ ਜਿਹਾ ਨਾਂ ਸੁੱਝੀ ਨਹੀਂ ਰਿਹਾ ਜੇ ਇਸੇ ਤਰ੍ਹਾਂ ਇੱਕ ਮਿੰਟ ਕੇਵਲ ਕਪੂਰ ਨੇ ਜਿਵੇਂ ਤਰਬਕ ਕੇ ਕਿਹਾ ਅਨੋਖੀ ਬਾਤ ਨਾਂ ਕਿਉਂ ਜਾ ਰਹੇਗਾ ਆਇੰਗਰ ਨੇ ਉਸੇ ਬਿੰਦ ਉਹਨੂੰ ਟਾਈਪ ਕੀਤਾ ਤੇ ਕਿਹਾ ਬੁਰਾ ਨਹੀਂ ਹੈ ਕਹਾਣੀ ਚ ਅਨੋਖੀ ਗੱਲ ਕਿਹੜੀ ਹੈ ਕੁਲਪੂਸ਼ਨ ਨੇ ਪੁੱਛਿਆ ਅਨੋਖੀ ਗੱਲ ਇੱਕ ਨਜ਼ਰੀ ਕਦਾਵਲੀ ਗੱਲ ਅਨੋਖੀ ਤਾਂ ਹੈ ਪਰ ਅਨੋਖੀ ਬਾਤ ਤਾਂ ਬਹੁਤ ਆਮ ਜਿਹਾ ਨਾ ਲੱਗਦਾ ਤਾਂ ਫੇਰ ਰੱਖ ਲਓ ਰੱਖ ਲਓ ਕੇਵਲ ਕੁਪੂਰਨੇ ਵਾਲਾਂ ਚ ਉਂਗਲਾ ਫਰਾਉਂਦੇ ਆ ਤੇ ਫੇਰ ਉਹਨਾਂ ਦਾ ਰੁਗ ਭਰਦਿਆਂ ਗਿਆ ਸਿਰਫ ਅਨੋਖੀ ਰੱਖ ਲਓ ਤੇ ਜੇ ਲੰਮਾ ਨਾਮ ਰੱਖਣਾ ਤਾਂ ਬਾਤ ਇਹ ਕਿ ਅਨੋਖੀ ਸੀ ਰੱਖਿਆ ਜਾ ਸਕਦਾ ਹੈ ਮੇਰਾ ਖਿਆਲ ਹੈ ਸਿਰਫ ਅਨੋਖੀ ਠੀਕ ਰਹੇਗਾ ਆਇੰਗਰ ਨੇ ਕੁਲਪੂਸ਼ਨ ਵੱਲ ਵੇਖਿਆ ਕਿਉਂ ਠੀਕ ਹੈ ਕੁਲਪੂਸ਼ਨ ਨੇ ਕਿਹਾ ਹੁਣ ਕਿਸੇ ਤਰ੍ਹਾਂ ਇਹ ਬੈਠਕ ਖਤਮ ਹੋਣੀ ਚਾਹੀਦੀ ਹੈ ਇਸ ਵਿੱਚ ਉਹ ਆਇੰਗਰ ਨੇ ਐਫਐਫਸੀ ਤੇ ਬਾਕੀ ਸਾਰੀਆਂ ਥਾਵਾਂ ਨੂੰ ਖਤ ਲਿਖਵਾਏ ਕੁਝ ਖਾਸ ਕਰਨਾ ਕਾਰਨਾ ਕਰਕੇ ਉਹਨਾਂ ਦੀ ਫਿਲਮ ਦਾ ਨਾਮ ਬਦਲਿਆ ਜਾ ਰਿਹਾ ਹੈ ਉਹਨੇ ਦਾ ਨਾਮ ਅਨੋਖੀ ਰੱਖਣ ਦਾ ਆਖਰੀ ਤੌਰ ਤੇ ਫੈਸਲਾ ਹੋਇਆ ਅਗਲੇ ਤਿੰਨ ਮਹੀਨਿਆਂ 'ਚ ਖਾਸ ਕਰਨਾ ਕਰਕੇ ਦੋ ਵਾਰ ਹੋਰ ਨਾਮ ਬਦਲਣ ਦਾ ਆਖਰੀ ਤੌਰ ਤੇ ਫੈਸਲਾ ਕਰਨਾ ਪਿਆ ਇੱਕ ਵਾਰ ਇਸ ਲਈ ਕਿ ਅਨੋਖੀ ਨਾ ਇਹ ਖੋਰ ਪ੍ਰੋਡਿਊਸਰ ਆਪਣੀ ਫਿਲਮ ਲਈ ਰਜਿਸਟਰ ਕਰਾ ਚੁੱਕਾ ਸੀ ਦੂਜੀ ਵਾਰ ਇਸ ਲਈ ਕਿ ਉਸ ਨਵੇਂ ਨਾਂ 'ਚ 13 ਅੱਖਰ ਸਨ ਆਇੰਗਰ ਨੇ ਉਹਨੂੰ ਅੰਗਰੇਜ਼ੀ 'ਚ ਜਿਸ ਉਚਾਰਨ ਨਾਲ ਲਿਖਿਆ ਸੀ ਉਸ ਅਨੁਸਾਰ ਉਹ 14 ਅੱਖਰ ਬਣਦੇ ਸਨ ਪਰ ਕੁੱਲ ਪੂਰਸ਼ਨ ਤੇ ਕੇਵਲ ਕਪੂਰ ਅਨੁਸਾਰ ਜਿਨ੍ਹਾਂ ਦਾ ਕੇ ਸਹੀ ਉਚਾਰਨ ਸੀ ਉਹ 13 ਹੀ ਬਣਦੇ ਸਨ ਸੋ ਨਵਾਂ ਨਾਂ ਤੇਰੀ ਨਜ਼ਰ ਕੀ ਬਾਤ ਰੱਖਿਆ ਗਿਆ ਅੱਜਕੱਲ ਫਿਲਮ ਸਬੰਧੀ ਜਿੰਨੀ ਵੀ ਖਾਤੋ-ਕਿਤਾਬਤ ਹੋ ਰਹੀ ਹੈ ਉਹ ਦੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਉਸ ਵਿੱਚੋਂ ਦਾ ਨਾਂ ਤੇਰੀ ਨਜ਼ਰ ਕੀ ਬਾਤ ਦਿੱਤਾ ਜਾ ਰਿਹਾ ਹੈ ਕੁਲਪੂਸ਼ਨ ਹੁਣ ਇੱਕ ਨਜ਼ਰੇ ਕਾ ਦਾਤੇ ਜ਼ਿਆਦਾ ਜ਼ੋਰ ਨਹੀਂ ਦਿੰਦਾ ਫਿਲਮ ਹਲੇ 1/4 ਬਣੀ ਹੈ ਉਹਨੂੰ ਯਕੀਨ ਹੈ ਕਿ ਫਿਲਮ ਪੂਰੀ ਹੋਣ ਤੇ ਉਹ ਮੀਨਾ ਕੁਮਾਰੀ ਦੇ ਮੂੰਹੋਂ ਕਹਾ ਕੇ ਫਿਲਮ ਦਾ ਨਾਂ ਇੱਕ ਨਜ਼ਰੇ ਕਾ ਦਾ ਹੀ ਰੱਖਵੋਣ ਦਾ ਆਖਰੀ ਤੌਰ ਤੇ ਫੈਸਲਾ ਕਰਵਾ ਲਏਗਾ ਧੰਨਵਾਦ